ਡਾਕਟਰ ਕੁਲਬੀਰ ਸਿੰਘ ਸੂਰੀ ਦਾ ਨਾਵਲ ਹੈ ਨਾਨਕੇ ਆਂ ਦਾ ਪਿੰਡ ਭਲਾਂਗ ਮੰਮੀ ਮੰਮੀ ਐਤਕਿੰ ਗਰਮੀਆਂ ਜਾਂ ਛੁੱਟੀਆਂ ਚ ਅਸੀਂ ਆਪਣੇ ਨਾਨਾ ਜੀ ਨਾਨੀ ਜੀ ਕੋ ਪਿੰਡ ਜ਼ਰੂਰ ਜਾਣਾ ਹੈ ਦਸੰਬਰ ਦੀਆਂ ਛੁੱਟੀਆਂ ਚ ਪਾਪਾ ਨੇ ਪਿੰਡ ਜਾਣ ਤੋਂ ਮਨੋਂ ਕਰ ਦਿੱਤਾ ਸੀ ਕਿ ਸਰਦੀ ਬਹੁਤ ਹੈ ਸੁਖਮਨੀ ਤੇ ਨਵਰਾਜ ਨੇ ਸਕੂਲੋਂ ਆਉਂਦਿਆਂ ਹੀ ਮੰਮੀ ਨੂੰ ਕਿਹਾ ਠੀਕ ਹੈ ਬੇਟਾ ਜ਼ਰੂਰ ਚੱਲਾਂਗੇ ਭਾਵੇਂ ਥੋੜੇ ਦਿਨਾਂ ਲਈ ਹੀ ਜਾਈਏ ਮੇਰਾ ਆਪਣਾ ਬڑا ਜੀ ਕਰ ਰਿਹਾ ਵੀ ਜੀ ਪਾਪਾ ਨੂੰ ਮਿਲਣ ਦਾ ਥੋੜੇ ਦਿਨਾਂ ਲਈ ਅਸੀਂ ਨਹੀਂ ਜਾਣਾ ਅਸੀਂ ਤਾਂ ਇੱਕ ਪੂਰੀਆਂ ਛੁੱਟੀਆਂ ਆਪਣੇ ਨਾਨਕੇ ਪਿੰਡ ਰਹਿਣਾ ਹੈ ਚਲੋ ਜਿੰਨੇ ਦਿਨ ਵੀ ਰਹਿਣਾ ਮੈਂ ਤੁਹਾਡੇ ਪਾਪਾ ਨੂੰ ਕਹਾਂਗੀ ਕਿ ਉਹ ਵੀ ਥੋੜੇ ਦਿਨ ਕੰਮ ਤੋਂ ਵੇਲ ਕੱਢ ਕੇ ਸਾਡੇ ਨਾਲ ਪਿੰਡ ਚੱਲਣ ਸੋਨੂੰ ਨੂੰ ਨਹੀਂ ਪਤਾ ਪਾਪਾ ਜਾਨ ਭਾਵੇਂ ਨਾ ਜਾਣ ਅਸੀਂ ਤਾਂ ਛੁੱਟੀਆਂ 'ਚ ਜ਼ਰੂਰ ਜਾਣਾ ਹੈ ਨਾਨਾ ਜੀ ਨੇ ਸਾਨੂੰ ਕਿਹਾ ਸੀ ਐਤਕੀ ਗਰਮੀਆਂ ਦੀਆਂ ਛੁੱਟੀਆਂ 'ਚ ਜਦੋਂ ਤੁਸੀਂ ਆਓਗੇ ਤਾਂ ਤੁਹਾਨੂੰ ਬਹੁਤ ਸਾਰੀਆਂ ਕਹਾਣੀਆਂ ਸੁਣਾਵਾਂਗਾ। ਵਾਹ ਮੀ ਵਾ ਤੇ ਮੈਨੂੰ ਤੇ ਪਤਾ ਹੀ ਨਹੀਂ ਕਿ ਤੁਸੀਂ ਨਾਨਾ ਜੀ ਕੋਲੋਂ ਕਹਾਣੀਆਂ ਵੀ ਸੁਣਦੇ ਹੁੰਦੇ ਹੋ। ਮੰਮੀ ਨੇ ਹੈਰਾਨ ਹੁੰਦਿਆਂ ਕਿਹਾ। ਮੈਂ ਤੇ ਸਮਝਿਆ ਸੀ ਕਿ ਅਸੀਂ ਦੋਵੇਂ ਭੈਣਾਂ ਆਪਣੇ ਪਾਪਾ ਕੋਲੋਂ ਕਹਾਣੀਆਂ ਸੁਣਦੀਆਂ ਰਹੀਆਂ। ਤੁਸੀਂ ਵੀ ਮੰਮੀ ਸਾਡੇ ਨਾਨਾ ਜੀ ਕੋਲੋਂ ਕਹਾਣੀਆਂ ਸੁਣਦੇ ਰਹੇ। ਹਾਂਜੀ ਮੈਂ ਤੇ ਤੁਹਾਡੀ ਮਾਸੀ ਦੋਵੇਂ ਕਦੇ-ਕਦੇ ਕਹਾਣੀ ਸੁਣਦੇ ਸਾਂ। ਤੁਸੀਂ ਤੇ ਸਾਨੂੰ ਕਦੀ ਕਹਾਣੀ ਸੁਣਾਈ ਨਹੀਂ ਤੇ ਨਾ ਹੀ ਕਦੀ ਪਾਪਾ ਨੇ ਸੁਣਾਈ ਐ ਸੁਖਬੀਨੇ ਉਹ ਲੰਬਾ ਦਿੱਤਾ ਮੈਨੂੰ ਤੇ ਪਤਾ ਹੀ ਨਹੀਂ ਕਿ ਤੁਹਾਨੂੰ ਵੀ ਕਹਾਣੀਆਂ ਸੁਣਨ ਦਾ ਸ਼ੌਕ ਹੈ ਤੁਸੀਂ ਕਦੇ ਸਾਡੇ ਕੋਲ ਬੈਠ ਕੇ ਪੁੱਛਿਆ ਹੋਵੇ ਤਾਂ ਪਤਾ ਹੋਵੇ ਮੈਂ ਤਾਂ ਤੁਹਾਡੇ ਕੋਲ ਹੀ ਹੁੰਦੀ ਆ ਤੁਸੀਂ ਘਰ ਹੋਵੋ ਤਾਂ ਟੀਵੀ ਦੇ ਡਰਾਮੇ ਜਾਂ ਸਹੇਲੀਆਂ ਨਾਲ ਫੋਨ ਤੇ ਗੱਪਾਂ ਸ਼ਾਮੀ ਕਦੀ ਤੁਹਾਡੀਆਂ ਸਹੇਲੀਆਂ ਘਰ ਆ ਜਾਂਦੀਆਂ ਨੇ ਕਦੀ ਤੁਸੀਂ ਚਲੇ ਜਾਂਦੇ ਹੋ ਤੁਹਾਡੇ ਕੋਲ ਸਾਨੂੰ ਕੁਝ ਪੁੱਛਣ ਜਾਂ ਦੱਸਣ ਦਾ ਵਕਤ ਹੀ ਨਹੀਂ ਪਪਾ ਹਰ ਵੇਲੇ ਆਪਣੇ ਕੰਮ 'ਚ ਰੁੱਝੇ ਰਹਿੰਦੇ ਨੇ ਇਸੇ ਕਰਕੇ ਅਸੀਂ ਵੇਲੇ ਵਕਤ ਮੋਬਾਈਲ ਤੇ ਗੇਮਾਂ ਖੇਡਦੇ ਰਹਿੰਦੇ ਆ ਤੇ ਜੇ ਤੁਹਾਨੂੰ ਟੀਵੀ ਤੇ ਕਾਰਟੂਨ ਵੇਖਣ ਲਈ ਕਹਿੰਦੇ ਆ ਤਾਂ ਤੁਸੀਂ ਸਾਨੂੰ ਉਹ ਵੀ ਮਨਾਂ ਕਰਦੇ ਹੋ ਸੁਖਮਨੀ ਅੱਜ ਆਪਣੇ ਦਿਲ ਦੀ ਪੜਾਅਸ ਕਰ ਰਹੀ ਸੀ ਹੁਣ ਤੁਸੀਂ ਬਹੁਤੀਆਂ ਗੱਲਾਂ ਨਾ ਕਰੋ ਤੇ ਕੱਪੜੇ ਬਦਲ ਕੇ ਮੂੰਹ ਧੋ ਲਓ ਓਨੀ ਦੇਰ 'ਚ ਮੈਂ ਤੁਹਾਡਾ ਖਾਣਾ ਗਰਮ ਕਰ ਦਿੰਨੀ ਆ ਠੀਕ ਹੈ ਮੰਮੀ ਕਹਿੰਦੇ ਆ ਦੋਵੇਂ ਭੈਣ ਭਰਾ ਅੰਦਰ ਕਮਰੇ 'ਚ ਚਲੇ ਗਏ ਨਵਰਾਜ ਸੁਖਮਨੀ ਨੇ ਛੋਟੇ ਭਰਾ ਨੂੰ ਆਵਾਜ਼ ਦਿੱਤੀ ਆ ਗਿਆ ਦੀਦੀ ਚਲੋ ਕਿਤਾਬਾਂ ਲੈ ਆਓ ਹੋਮਵਰਕ ਕਰਨ ਦਾ ਵਕਤ ਹੋ ਗਿਆ ਕਹਿੰਦੇ ਆ ਸੁਖਮਨੀ ਆਪਣੀਆਂ ਕਿਤਾਬਾਂ ਕਾਪੀਆਂ ਲੈ ਕੇ ਮੇਜ਼ ਕੋਲ ਪਈ ਕੁਰਸੀ ਤੇ ਬੈਠ ਗਈ ਨਵਰਾਜ ਆਪਣਾ ਪੂਰਾ ਬਸਤਾ ਲੈ ਕੇ ਦੀਦੀ ਦੇ ਨੇੜੇ ਆ ਕੇ ਬੈਠ ਗਿਆ ਹੁਣ ਉਹ ਦੋਵੇਂ ਆਪੋ ਆਪਣਾ ਹੋਮਵਰਕ ਕਰਨ ਲੱਗੇ ਸੁਖਮਨੀ 6ਵੀਂ ਕਲਾਸ ਪੜ੍ਹਦੀ ਸੀ ਤੇ ਉਹਦਾ ਛੋਟਾ ਭਰਾ ਨਵਰਾਜ 3ਰੀ ਕਲਾਸ ਸੁਖਮਨੀ ਪੜਾਈ ਛੋਹਸ਼ਿਆਰ ਸੀ ਉਸ ਕੋਲੋਂ ਆ ਕੇ ਖਾਣਾ ਖਾ ਕੇ ਥੋੜਾ ਆਰਾਮ ਕਰਦੀ ਫਿਰ ਉੱਠ ਕੇ ਆਪਣਾ ਹੋਮਵਰਕ ਕਰਨ ਲੱਗ ਪੈਂਦੀ ਨਵਰਾਜ ਪੜ੍ਹਾਈ ਵੱਲੋਂ ਥੋੜਾ ਲਾਪਰਵਾਹ ਸੀ ਉਹਦਾ ਬਹੁਤਾ ਧਿਆਨ ਮੋਬਾਈਲ ਉੱਪਰ ਖੇਡਾਂ ਵੱਲ ਟੀਵੀ ਵੱਲ ਜਾਂ ਸ਼ਰਾਰਤਾਂ ਵੱਲ ਹੁੰਦਾ ਉਹ ਹੋਮਵਰਕ ਵੀ ਕਦੀ ਕਰ ਲੈਂਦਾ ਕਦੀ ਨਾਗਾ ਪਾ ਜਾਂਦਾ ਪਿਛਲੇ ਕੁਝ ਦਿਨਾਂ ਤੋਂ ਸੁਖਮਨੀ ਜਦੋਂ ਆਪਣੇ ਸਕੂਲ ਦਾ ਕੰਮ ਕਰਨ ਲੱਗਦੀ ਤਾਂ ਉਹ ਨਵਰਾਜ ਨੂੰ ਬੁਲਾ ਕੇ ਆਪਣੇ ਕੋਲ ਬਿਠਾ ਲੈਂਦੀ ਤੇ ਉਹਨੂੰ ਸਕੂਲ ਦਾ ਕੰਮ ਕਰਨ ਲਈ ਕਹਿੰਦੀ ਚਾਰ ਪੰਜ ਦਿਨ ਤੱਕ ਨਵਰਾਜ ਬੜਾ ਔਖਾ ਹੋਇਆ ਪਰ ਹੁਣ ਉਹ ਚੁੱਪਚਾਪ ਆਪਣੀ ਭੈਣ ਕੋਲ ਬੈਠ ਕੇ ਸਕੂਲ ਦਾ ਕੰਮ ਕਰਨ ਲੱਗਦਾ ਜੇ ਕਿਸੇ ਚੀਜ਼ ਦੀ ਉਹਨੂੰ ਸਮਝ ਨਾ ਲੱਗਦੀ ਤਾਂ ਭੈਣ ਕੋਲੋਂ ਪੁੱਛ ਲੈਂਦਾ ਸੁਖਮਨੀ ਤੇ ਨਵਰਾਜ ਸ਼ਹਿਰ ਦੇ ਵਧੀਆ ਸਕੂਲ 'ਚ ਪੜ੍ਹਦੇ ਸਨ ਉਹ ਆਪਣੇ ਮਾਪਿਓ ਦੇ ਲਾਡਲੇ ਬੱਚੇ ਸਨ ਪਰ ਉਹਨਾਂ ਦੇ ਮਾਪਿਓ ਤੇਜ਼ ਰਫ਼ਤਾਰ ਜ਼ਿੰਦਗੀ 'ਚ ਵਹਿ ਰਹੇ ਲੱਗਦੇ ਸਨ ਉਹਨਾਂ ਦੇ ਪਾਪਾ ਇੰਦਰਪ੍ਰੀਤ ਸ਼ਹਿਰ ਦੇ ਬਾਰ ਬਾਰ ਬਣੇ ਫੋਕਲ ਪੁਆਇੰਟ 'ਚ ਇੱਕ ਫੈਕਟਰੀ ਚਲਾ ਰਿਹਾ ਸੀ ਉਦੇ ਕੰਮਾਂ ਦਾ ਖਲਾਰਾ ਕਾਫੀ ਵੱਡਾ ਸੀ ਪਰ ਉਹ ਨੂੰ ਹੋਰ ਵੱਡੇਰਾ ਕਰਨ ਦੇ ਚੱਕਰ ਚ ਪਿਆ ਰਹਿੰਦਾ। ਸ਼ਹਿਰ ਦਾ ਜੰਮਪਲ ਹੋਣ ਕਰਕੇ ਉਹ ਦਾ ਪਿੰਡ ਨਾਲ ਲਗਾਓ ਕਾਫੀ ਘੱਟ ਸੀ। ਉਹ ਨੂੰ ਸ਼ਹਿਰ ਦੀ ਸ਼ੋਰ ਸ਼ਰਾਬੇ ਵਾਲੀ ਜ਼ਿੰਦਗੀ ਜ਼ਿਆਦਾ ਪਸੰਦ ਸੀ। ਬੱਚਿਆਂ ਦੀ ਮੰਮੀ ਰਹਿਮਤ ਭਾਵੇਂ ਪਿੰਡ ਦੀ ਜੰਮਪਲ ਸੀ ਪਰ ਸ਼ਹਿਰ ਵਿਆਹੀ ਜਾਣ ਕਰਕੇ ਉਹ ਵੀ ਆਪਣੇ ਪਤੀ ਇੰਦਰਪ੍ਰੀਤ ਦੇ ਰੰਗ ਚ ਰੰਗੀ ਜਾਣ ਲੱਗ ਪਈ ਸੀ। ਉਹ ਨੂੰ ਸ਼ਹਿਰ ਦੀ ਮਾਡਰਨ ਸੁਸਾਇਟੀ ਦਾ ਹਿੱਸਾ ਬਣਨ ਲਈ ਬੇਹੱਦ ਸ਼ੌਕ ਜਾਗ ਪਿਆ ਸੀ। ਇਸੇ ਕਰਕੇ ਉਸ ਕੋਲ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਪਰਵਰਿਸ਼ ਵੱਲ ਧਿਆਨ ਦੇਣ ਲਈ ਬਹੁਤਾ ਵਕਤ ਨਹੀਂ ਸੀ ਬਚਦਾ ਸੁਖਮਨੀ ਤੇ ਨਵਰਾਜ ਭਾਵੇਂ ਕਾਫੀ ਸਮਾਂ ਪੜ੍ਹਾਈ 'ਚ ਮੋਬਾਈਲ ਜਾਂ ਟੀਵੀ 'ਚ ਰੁੱਝੇ ਰਹਿੰਦੇ ਪਰ ਇਹਦੇ باوجود ਕਈ ਵਾਰੀ ਬੜਾ ਇਕੱਲਾਪਨ ਮਹਿਸੂਸ ਕਰਦੇ ਇਸੇ ਕਰਕੇ ਉਹਨਾਂ ਨੂੰ ਆਪਣੇ ਵੱਡੇ ਸਹੂਲਤਾਂ ਵਾਲੇ ਘਰ ਨਾਲੋਂ ਨਾਨਾ ਜੀ ਨਾਨੀ ਜੀ ਦੇ ਸਾਧੂਰਾ ਦੇ ਘਰ ਨਾਲ ਜ਼ਿਆਦਾ ਮੋਹ ਸੀ ਸਕੂਲਾਂ ਕੋਈ ਵੀ ਛੁੱਟੀਆਂ ਹੋਣ ਤਾਂ ਉੱਡ ਕੇ ਨਾਨਾ ਜੀ ਨਾਨੀ ਜੀ ਕੋਲ ਪਹੁੰਚਣਾ ਚਾਹੁੰਦੇ ਸਨ ਆਪਣੇ ਵੱਡੇ ਘਰ ਵਿੱਚ ਛੁੱਟੀ ਵਾਲੇ ਦਿਨ ਲੇਟ ਉੱਠਣਾ ਖਾਣੇ ਵਾਲੇ ਮੇਜ਼ ਤੇ ਡਬਲ ਰੋਟੀ ਤੇ ਬਾਜ਼ਾਰ ਦੇ ਪੀਲੇ ਮੱਖਣ ਦਾ ਨਾਸ਼ਤਾ ਕਰਨਾ ਸਾਰਾ ਦਿਨ ਵੀਡੀਓ ਗੇਮਸ ਮੋਬਾਈਲਸ ਐਂਡ ਟੀਵੀ ਤੇ ਕਾਰਟੂਨ ਵੇਖਣ ਤੇ ਰਾਤ ਨੂੰ ਕਿਸੇ ਵੱਡੇ ਰੈਸਟੋਰੈਂਟ ਚ ਰੋਟੀ ਖਾਣ ਨਾਲੋਂ ਉਹਨਾਂ ਨੂੰ ਨਾਨਕਿਆਂ ਦੇ ਪਿੰਡ ਜਾ ਕੇ ਜ਼ਿਆਦਾ ਮਜ਼ਾ ਆਉਂਦਾ ਉੱਥੇ ਸਵੇਰੇ ਤੜਕੇ ਉੱਠ ਕੇ ਨਾਨਾ ਜੀ ਨਾਲ ਸੈਰ ਕਰਦੇ ਆਂ ਗੱਲਾਂ ਹੀ ਗੱਲਾਂ 'ਚ ਕਿੰਨਾ ਕੁਝ ਨਵਾਂ ਸਿੱਖਣਾ ਸੈਰ ਤੋਂ ਆ ਕੇ ਨਾਨੀ ਜੀ ਦੇ ਕੋਲ ਰਸੋਈ 'ਚ ਚਟਾਈ ਤੇ ਬੈਠ ਕੇ ਗਰਮਾ-ਗਰਮ ਪਰੌਂਠੇ ਦਹੀਂ ਤੇ ਘਰ ਦੇ ਕੱਡੇ ਚਿੱਟੇ ਮੱਖਣ ਨਾਲ ਖਾਣੇ ਤੇ ਸ਼ਾਮੀ ਪੜ੍ਹਾਈ ਤੋਂ ਬਾਅਦ ਨਾਨੀ ਜੀ ਨਾਲ ਛੋਟੀਆਂ-ਛੋਟੀਆਂ ਗੱਲਾਂ ਕਰਨੀਆਂ ਤੇ ਉਹਨਾਂ ਨੂੰ ਰਾਤ ਵਾਸਤੇ ਕਦੀ ਖੀਰ ਤੇ ਕਦੀ ਗੁੜ ਵਾਲੇ ਛੋਲ ਬਣਾਉਣ ਦੀ ਫਰਮਾਇਸ਼ ਕਰਨੀ ਤੇ ਰਾਤੀ ਆਪਣੀ ਫਰਮਾਇਸ਼ ਵਾਲੀ ਚੀਜ਼ ਖਾਣ ਤੋਂ ਬਾਅਦ ਨਾਨਾ ਜੀ ਕੋਲੋਂ ਰੋਜ਼ ਨਵੀਂ ਕਹਾਣੀ ਸੁਣਨੀ ਬੜੀ ਚੰਗੀ ਲੱਗਦੀ ਸੀ ਇਹਨਾਂ ਗੱਲਾਂ ਕਰਕੇ ਪਿੰਡ 'ਚ ਉਹਨਾਂ ਨੂੰ ਜ਼ਿਆਦਾ ਨਿੱਘਾਪਣ ਤੇ ਆਪਣਾਪ ਤ ਮਹਿਸੂਸ ਹੁੰਦੀ। ਉੱਥੇ ਜਾ ਕੇ ਉਹ ਮੋਬਾਈਲ ਤੇ ਗੇਮਾਂ, ਵੀਡੀਓ ਗੇਮਸ ਆਦ ਸਭ ਕੁਝ ਭੁੱਲ ਜਾਂਦੇ। ਅੰਗ ਦੂਸਰਾ। ਪਾਪਾ ਆ ਗਏ, ਪਾਪਾ ਆ ਗਏ। ਬਾਹਰਲੇ ਗੇਟ ਤੋਂ ਕਾਰ ਅੰਦਰ ਆਉਂਦੀ ਵੇਖ ਕੇ ਬੱਚੇ ਬਾਹਰ ਵੱਲ ਦੌੜਦੇ ਹੋਏ ਬੋਲੇ। ਸੁਣਾਓ ਵੀ ਬੱਚਿਓ ਕੀ ਹਾਲ-ਚਾਲ ਹੈ ਤੁਹਾਡਾ? ਸੁਖਮਨੀ ਤੇ ਨਵਰਾਜ ਦੇ ਪਾਪਾ ਨੇ ਬੱਚਿਆਂ ਨੂੰ ਜੱਫੀ 'ਚ ਲੈਣੇ ਆ ਪੁੱਛਿਆ। ਠੀਕ ਹੈ ਪਾਪਾ। ਸੁਖਮਨੀ ਨੇ ਜਵਾਬ ਦਿੱਤਾ। ਮੰਮੀ ਕਿੱਥੇ ਤੁਹਾਡੀ ਚਾਰੇ ਪਾਸੇ ਨਜ਼ਰ ਮਾਰਦੇ ਅੰਦਰ ਪ੍ਰੀਤ ਨੇ ਸੁਖਮਨੀ ਨੂੰ ਪੁੱਛਿਆ ਅਸੀਂ ਦੋਵੇਂ ਹੋਮਵਰਕ ਕਰਦੇ ਪਏ ਸਾਂ ਉਸ ਵਕਤ ਮੰਮੀ ਤਿਆਰ ਹੋ ਕੇ ਗਈ ਸੀ ਕਹਿੰਦੇ ਸੀ ਹੁਣੇ ਥੋੜੀ ਦੇਰ 'ਚ ਆ ਜਾਾਂਗੀ ਚਲੋ ਆ ਜਾਏਗੀ ਹੁਣੇ ਅੱਛਾ ਤੁਸੀਂ ਦੱਸੋ ਤੁਹਾਨੂੰ ਗਰਮੀਆਂ ਦੀਆਂ ਛੁੱਟੀਆਂ ਕਦੋਂ ਹੋ ਰਹੀਆਂ ਨੇ ਸਾਡੀ ਮੈਡਮ ਕਹਿ ਰਹੀ ਸੀ ਕਿ 10 ਦਿਨਾਂ ਤਿੱਖ ਹੋ ਜਾਣਗੀਆਂ ਮੈਂ ਸੋਚ ਰਿਹਾ ਕਿ ਤੁਹਾਡੀਆਂ ਛੁੱਟੀਆਂ 'ਚ ਥੋੜੇ ਦਿਨ ਕਿਸੇ ਪਹਾੜ ਦਾ ਪ੍ਰੋਗਰਾਮ ਬਣਾਇਆ ਜਾਏ ਸਾਰਿਆਂ ਦੀ ਕੁਝ ਦਿਨ ਤਬਦੀਲੀ ਵੀ ਹੋ ਜਾਏਗੀ ਤੇ ਗਰਮੀ ਤੋਂ ਵੀ ਬਚਾਅ ਹੋ ਜਾਏਗਾ ਪਰ papa ਅਸੀਂ ਤੇ ਆਪਣਾ ਪ੍ਰੋਗਰਾਮ ਬਣਾ ਚੁੱਕੇ ਆ ਮੰਮੀ ਨੇ ਤੁਹਾਨੂੰ ਦੱਸਿਆ ਨਹੀਂ ਤੁਹਾਡੀ ਮੰਮੀ ਨੇ ਥੋੜੀ ਜੀ ਗੱਲ ਕੀਤੀ ਸੀ ਵੀ ਤੁਸੀਂ ਕੁਝ ਦਿਨਾਂ ਲਈ ਨਾਨਾ ਜੀ ਨਾਨੀ ਜੀ ਨੂੰ ਮਿਲਣ ਪਿੰਡ ਜਾਣਾ ਤੁਸੀਂ ਇਸ ਤਰ੍ਹਾਂ ਕਰਨਾ ਕਿ ਪਹਾੜ ਤੋਂ ਆ ਕੇ 2-4 ਦਿਨ ਪਿੰਡ ਚਲੇ ਜਾਣਾ ਤੁਹਾਡੀ ਮੰਮੀ ਨਾਲ ਚਲੀ ਜਾਏਗੀ ਉਹ ਵੀ ਆਪਣੇ ਮੰਮੀ ਪਾਪਾ ਨੂੰ ਮਿਲਾਏਗੀ ਸੁਖਮਨੀ papa ਨੂੰ ਕੁਝ ਕਹਿਣਾ ਚਾਹੁੰਦੀ ਸੀ ਪਰਿ ਕੋ ਸਾਈ ਉਹ ਸਾਰਾ ਪ੍ਰੋਗਰਾਮ ਦੱਸ ਕੇ ਉਹਨਾਂ ਦੀ ਗੱਲ ਸੁਣ ਕੇ ਉਹਨੇ ਕਿਹਾ ਪਾਪਾ ਅਸੀਂ ਥੋੜੇ ਦਿਨਾਂ ਲਈ ਪਿੰਡ ਨਹੀਂ ਜਾਣਾ ਅਸੀਂ ਸਾਰੀਆਂ ਛੁੱਟੀਆਂ ਹੀ ਉੱਥੇ ਰਹਿਣਾ ਤੁਸੀਂ ਤੇ ਮੰਮੀ ਪਹਾੜ ਦੀ ਸੈਰ ਕਰੋ ਤੁਸੀਂ ਐਨੇ ਦਿਨ ਪਿੰਡ ਕੀ ਕਰਨਾ ਉੱਥੇ ਨਾ ਤਾਂ ਤੁਸੀਂ ਪੜ੍ਹਾਈ ਨੂੰ ਹੱਥ ਲਾਣਾ ਤੇ ਨਾ ਹੀ ਹੋਰ ਕੋਈ ਕੰਮ ਦੀ ਗੱਲ ਸਿੱਖਣੀ ਹੈ ਸਾਰਾ ਦਿਨ ਤੁਸੀਂ ਗਰਮੀ 'ਚ ਫਜ਼ੂਲ ਘੁੰਮੀ ਜਾਣਾ ਜਾਂ ਸ਼ਰਾਰਤਾਂ ਕਰੀ ਜਾਣੀਆਂ ਨਾਨਾ ਜੀ ਨਾਨੀ ਜੀ ਤੁਹਾਨੂੰ ਕੁਝ ਕਹਿਣਾ ਹੀ ਨਹੀਂ ਉਹਨਾਂ ਦੇ ਇਸ ਲਾੜ ਨਾਲ ਤੁਸੀਂ ਵਿਗੜ ਕੇ ਆ ਜਾਣਾ ਹੈ। ਬਿਲਕੁਲ ਗਲਤ ਪਾਪਾ। ਅਸੀਂ ਉੱਥੇ ਸ਼ਰਾਰਤਾਂ ਬਿਲਕੁਲ ਨਹੀਂ ਕਰਦੇ। ਤੇ ਫਿਰ ਉੱਥੇ ਤੁਸੀਂ ਸਾਰਾ ਦਿਨ ਕੀ ਕਰਦੇ ਹੋ? ਉੱਥੇ ਅਸੀਂ ਸਵੇਰੇ ਨਾਨਾ ਜੀ ਨਾਲ ਸੈਰ ਕਰਦੇ ਹਾਂ। ਸਾਰਾ ਦਿਨ ਪੜ੍ਹਾਈ ਕਰਦੇ ਹਾਂ। ਰਾਤੀ ਨਾਨਾ ਜੀ ਕੋਲੋਂ ਕਹਾਣੀਆਂ ਸੁਣਦੇ ਹਾਂ ਤੇ ਹੋਰ ਚੰਗੀਆਂ ਗੱਲਾਂ ਸਿੱਖਦੇ ਹਾਂ। ਹੁਣ ਤੁਸੀਂ ਆਪ ਹੀ ਦੱਸੋ ਕਿ ਅਸੀਂ ਸ਼ਰਾਰਤਾਂ ਕਿਸ ਵੇਲੇ ਕਰਨੀਆਂ ਨੇ। ਸੁਖਮਨੀ ਤੂੰ ਥੋੜੀ ਜ਼ਿਆਦਾ ਚਲਾਕ ਹੁੰਦੀ ਜਾਨੀ। ਐਸ ਵੇਲੇ ਤੇ ਤੂੰ ਗੱਲਾਂ ਬਣਾ ਰਹੀ ਹੈਂ। ਪਤਾ ਤੁਹਾਨੂੰ ਉਸ ਵੇਲੇ ਲੱਗਣਾ ਜਦੋਂ ਤੁਸੀਂ ਪਿੰਡ ਗਰਮੀ 'ਚ ਭੁੱਜਣਾ ਹੈ। ਤੁਹਾਨੂੰ ਪਤਾ ਹੈ ਪਿੰਡਾਂ 'ਚ ਬਿਜਲੀ ਕਿੰਨੀ ਜਾਂਦੀ ਹੈ। Papa ਤੁਹਾਨੂੰ ਪਤਾ ਹੈ ਪਿੰਡ 'ਚ ਦਰਖਤ ਤੇ ਹਰਿਆਵਲ ਜ਼ਿਆਦਾ ਹੋਣ ਕਰਕੇ ਗਰਮੀ ਬੜੀ ਘੱਟ ਲੱਗਦੀ ਹੈ। ਜੇ ਬਿਜਲੀ ਚਲੀ ਵੀ ਜਾਏ ਤਾਂ ਅਸੀਂ ਸ਼ਰੀਂ ਦੇ ਵੱਡੇ-ਵੱਡੇ ਦਰਖਤਾਂ ਥੱਲੇ ਮੰਜੀ ਢਾਕੇ ਉੱਥੇ ਗੱਪਾਂ ਮਾਰਦੇ ਜਾਂ ਨਾਨਾ ਜੀ ਕੋਲੋਂ ਕਹਾਣੀਆਂ ਸੁਣੀਦੀਆਂ ਨੇ। ਸ਼ਰੀਂ ਦੇ ਦਰਖਤਾਂ ਥੱਲੇ ਬੜੀ ਠੰਡੀ-ਠੰਡੀ ਤੇ ਮਿੱਠੀ-ਮਿੱਠੀ ਖੁਸ਼ਬੂ ਵਾਲੀ ਹਵਾ ਆਉਂਦੀ ਹੈ। ਮੈਨੂੰ ਲੱਗਦਾ ਏ ਤੈਨੂੰ ਨਾਨਾ ਜੀ ਕੋਲੋਂ ਕਹਾਣੀਆਂ ਸੁਣ ਸੁਣ ਕੇ ਆਪ ਵੀ ਕਹਾਣੀਆਂ ਬਣਾਉਣੀਆਂ ਆ ਗਈਆਂ ਨੇ ਕਿਸ ਨੂੰ ਕਹਾਣੀਆਂ ਬਣਾਉਣੀਆਂ ਆ ਗਈਆਂ ਨੇ ਰਹਿਮਤ ਬਾਹਰਲੇ ਦਰਵਾਜ਼ੇ ਤੋਂ ਅੰਦਰ ਆਉਂਦੀ ਹੋਈ ਬੋਲੀ ਆਹ ਤੇਰੀ ਲਾਡਲੀ ਧੀ ਨੂੰ ਅੱਜ ਤੁਸੀਂ ਇੰਨੀ ਜਲਦੀ ਘਰ ਕਿਸ ਤਰ੍ਹਾਂ ਆ ਗਏ ਰਹਿਮਤ ਨੇ ਇੰਦਰਪ੍ਰੀਤ ਨੂੰ ਪੁੱਛਿਆ ਅੱਜ ਥੋੜਾ ਜਲਦੀ ਵੇਲਾ ਹੋ ਗਿਆ ਸਾ ਮੈਂ ਸੋਚਿਆ ਘਰ ਜਾ ਕਿ ਸਾਰਿਆਂ ਨਾਲ ਗਰਮੀਆਂ ਦੀਆਂ ਛੁੱਟੀਆਂ ਦਾ ਪ੍ਰੋਗਰਾਮ ਬਣਾਉਣੇ ਆ ਤੇ ਤੂੰ ਘਰ ਨਹੀਂ ਸੀ ਤੇ ਬੱਚਿਆਂ ਨੇ ਪਿੰਡ ਪਿੰਡ ਲਈ ਹੋਈ ਹੈ ਮੈਂ ਤੇ ਡਲਹੌਜ਼ੀ ਜਾਣ ਬਾਰੇ ਸੋਚ ਰਿਹਾ ਸੀ। ਮੈਂ ਐਵੇਂ ਥੋੜੀ ਦੇਰ ਵਿੱਚ ਸੰਧੂਵਲ ਚਲੀ ਗਈ ਸੀ ਸਾ। ਠੀਕ ਹੈ ਅਸੀਂ ਸਾਰੇ ਡਲਹੌਜ਼ੀ ਚਲਾਂਗੇ। ਪਿਛਲੀਆਂ ਗਰਮੀਆਂ 'ਚ ਵੀ ਅਸੀਂ ਤੁਹਾਡੀ ਫੈਕਟਰੀ ਦੇ ਕੰਮਾਂ ਕਰਕੇ ਕਿਤੇ ਨਹੀਂ ਗਏ। ਮੰਮੀ ਤੁਹਾਨੂੰ ਪਹਿਲਾਂ ਹੀ ਕਹਿ ਚੁੱਕੇ ਹਾਂ ਅਸੀਂ ਛੁੱਟੀਆਂ 'ਚ ਪਿੰਡ ਜਾਣਾ। ਸੁਖਮਨੀ ਦੀ ਗੱਲ ਨਾਲ ਨਵਰਾਜ ਵੀ ਸਿਰ ਹਿਲਾ ਕੇ ਆਪਣੀ ਸਹਿਮਤੀ ਦੇ ਹੀ ਜਾ ਰਿਹਾ ਸੀ। ਤੁਸੀਂ ਦੇ ਗਿਆ ਸੀ ਪਰ ਤੁਹਾਡੇ ਪਾਪਾ ਨੇ ਮੱਸਾ ਹੀ ਆਪਣੇ ਕੰਮ 'ਚੋਂ ਵੇਲ ਕੱਢੀ ਐ ਤੇ ਤੁਸੀਂ ਨਾ ਕਰੀ ਜਾ ਰਹੇ। ਤੁਸੀਂ ਸਾਡੇ ਨਾਲ ਚੱਲੋ ਮੈਂ ਵਾਦਾ ਕਰਦਾ ਅਸੀਂ ਜਿੰਨੇ ਦਿਨ ਵੀਡੀਓ ਲਫਾਜ਼ੀ ਰਵਾਂਗੇ ਉਨੇ ਦਿਨ ਹੀ ਮੈਂ ਤੁਹਾਨੂੰ ਰੋਜ਼ ਇੱਕ ਕਹਾਣੀ ਸੁਣਾਇਆ ਕਰਾਂਗਾ ਪਾਪਾ ਨੇ ਬੱਚਿਆਂ ਨੂੰ ਲਾਲਚ ਦਿੱਤਾ ਨਾ ਜੀ ਨਾ ਤੁਹਾਨੂੰ ਨਾਨਾ ਜੀ ਵਾਂ ਕਹਾਣੀ ਸੁਣਾਉਣੀ ਨਹੀਂ ਆਉਣੀ ਤੁਸੀਂ ਕਹਾਣੀ ਸੁਣਾਉਣੀ ਸ਼ੁਰੂ ਕਰਨੀ ਹੈ ਤੇ ਨਾਲ ਹੀ ਤੁਹਾਡੇ ਮੋਬਾਈਲ ਦੀ ਘੰਟੀ ਵੱਜਣ ਲੱਗ ਪੈਣੀ ਹੈ ਸੁਖਮਨੀ ਨੇ ਪਾਪਾ ਨੂੰ ਸਾਫ਼ ਹੀ ਨਾ ਕਰ ਦਿੱਤੀ ਇਹ ਤਾਂ ਤੂੰ ਬਹਾਨੇ ਬਾਜ਼ੀ ਕਰ ਰਹੀ ਹੈ ਵੈਸੇ ਮੈਂ ਅੱਜ ਤੋਂ ਹੀ ਕੁਝ ਕਹਾਣੀਆਂ ਯਾਦ ਕਰਨੀਆਂ ਸ਼ੁਰੂ ਕਰ ਦੇਣੀ ਹੈ ਤੁਸੀਂ ਇੱਕ ਵਾਰੀ ਸੋਚ ਕੇ ਮੰਮੀ ਨਾਲ ਸਲਾਹ ਕਰ ਲਓ ਛੁੱਟੀਆਂ ਹੋਣ ਚਾਹੇ ਕੁਝ ਦਿਨ ਹੈਨ ਪਪਾ ਤੁਹਾਨੂੰ ਪਤਾ ਹੈ ਪਿੰਡ ਮਾਸੀ ਜੀ ਹੋਰੀ ਵੀ ਕੁਝ ਦਿਨਾਂ ਲਈ ਆ ਰਹੇ ਨੇ ਜੀਤੀ ਤੇ ਪੰਮੀ ਨੂੰ ਛੱਡਣ ਉਹ ਦੋਵੇਂ ਵੀ ਛੁੱਟੀਆਂ 'ਚ ਪਿੰਡ ਹੀ ਰਹਿਣਗੇ ਤੇ ਸਾਡੀ ਪਰਸੋਂ ਮਾਸੀ ਜੀ ਤੇ ਜੀਤੀ ਪੰਮੀ ਨਾਲ ਫੋਨ ਤੇ ਗੱਲ ਹੋਈ ਸੀ ਅਸੀਂ ਸਾਰੇ ਰਲ ਕੇ ਪੜਾਂਗੇ ਤੇ ਖੇਡਾਂਗੇ ਸੱਚੀ ਬੜਾ ਮਜ਼ਾ ਆਏਗਾ ਠੀਕ ਹੈ ਬੱਚਿਓ ਹੁਣ ਤੁਸੀਂ ਜ਼ਿਆਦਾ ਹੀ ਸਿਆਣੇ ਹੋ ਗਏ ਹੋ ਮੈਨੂੰ ਪਤਾ ਹੀ ਨਹੀਂ ਤੇ ਤੁਸੀਂ ਆਪਣੀ ਮਾਸੀ ਨਾਲ ਵੀ ਪ੍ਰੋਗਰਾਮ ਬਣਾ ਲਿਆ ਜਿਵੇਂ ਤੁਹਾਨੂੰ ਠੀਕ ਲੱਗੇ ਉਸੇ ਤਰ੍ਹਾਂ ਹੀ ਕਰੋ 인ਦਰਪ੍ਰੀਤ ਨੇ ਥੋੜੀ ਨਰਾਜ਼ਗੀ ਪ੍ਰਗਟ ਕਰਦੇ ਅੰਕਿਆ ਤੇ ਆਪਣੇ ਕਮਰੇ 'ਚ ਚਲਾ ਗਿਆ ਧੰਨਵਾਦ ਚਲਦਾ